ਗੱਡੀ ਚੱਲੀ ਗੱਡੀ ਚੱਲੀ ਗੱਡੀ ਚੱਲੀ ਗੱਡੀ ਚੱਲੀ ਗੱਡੀ ਚੱਲੀ ਗੱਡੀ ਚੱਲੀ ਜਿਹੜੇ ਜਿਹੜੇ ਵੈਸ਼ਨੋ ਦੇਵੀ ਮਾਤਾ ਦੇ ਗਏ ਉਹ ਹੱਥ ਖੜੇ ਕਰਕੇ ਦੱਸੋ। ਹਾਂ 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 ਮਜ਼ਾ ਉਦੋਂ ਆਉਂਦਾ ਜਦੋਂ ਚੜ੍ਹਾਈ ਚੜ੍ਹਨੀ ਪੈਂਦੀ ਹੈ, ਜਿਹੜਾ ਬਹੁਤ ਜਲਦੀ ਤਿਆਰ ਹੁੰਦਾ ਨਾ ਵੀ ਚਲੋ 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 ਫਟਾਫਟ ਚੱਲੋ ਜਲਦੀ ਜਲਦੀ ਉੱਠੋ ਜਲਦੀ ਜਲਦੀ ਉੱਠੋ। ਵੈਸੇ ਜਲਦੀ ਹੀ ਉੱਠਣਾ ਚਾਹੀਦਾ ਕਿਉਂਕਿ ਸਵੇਰੇ ਸਵੇਰੇ ਦਰਸ਼ਨ ਹੋ ਜਾਣ ਦਿਨ ਜ਼ਿੰਦਗੀ ਅੱਛੀ ਨਿਕਲਦੀ। ਮੈਂ ਜਿੰਨੀ ਵਾਰੀ ਵੀ ਗਿਆ ਮੈਂ ਤੁਰ ਕੇ ਹੀ ਗਿਆ ਜੀ, ਨਾ ਕਦੀ ਹੈਲੀਕਾਪਟਰ ਨਾ ਕਦੀ ਘੋੜਿਆਂ ਕੋਲ, ਤੁਰ ਕੇ ਹੀ ਜਾਣਾ ਚਾਹੀਦਾ, ਤਾਂਹੀਓ ਯਾਤਰਾ ਜਿਹੜੀ ਸੰਪੂਰਨ ਹੁੰਦੀ ਹੈ, ਕਬੂਲਤਾ ਹੁੰਦੀ ਹੈ। We'll be right back.
ਜਿਹੜਾ ਰੇਲ ਗੱਡੀ ਵੀ ਜਾਂਦੀ ਹੈ ਵੀਰ ਜੀ, ਥੋੜ੍ਹਾ ਧਿਆਨ ਹੋਵੇ, ਉਹ ਜਿਹੜੇ ਪ੍ਰਬੰਧਕ ਮੇਨ ਬੈਠੇ ਨੇ ਸੀਨੀਅਰ ਸਿਟੀਜ਼ਨ, ਉਹਨਾਂ ਨੂੰ ਸੁਣਾਉਣਾ। ਅੱਜ ਕੱਲ੍ਹ ਤਾਂ ਗੱਡੀ ਵੀ ਜਾਂਦੀ ਹੈ, ਰੇਲ ਗੱਡੀ ਕੀ ਹੈ? ਮੇਰੀ ਮੰਮੀ ਦਾ ਨਾਂ ਹੈ ਮਥਰੋ, ਡੈਡੀ ਮੇਰੇ ਦਾ ਨਾਮ ਤੁਹਾਨੂੰ ਪਤਾ ਹੀ ਹੈ, ਪੂਰਨ ਸ਼ਾਹ ਗੋਟੀ ਸਾਹਿਬ। ਕਿਤੇ ਨਾ ਤੇ ਕਿਤੇ ਨਾ ਕਿਤੇ ਲਿਖੀ ਦਿੰਦਾ ਰਾਜੂ ਵੀ ਹਰੀਪੁਰੀ ਤਿਆਰੇ, ਸ਼ਾਕੋਟੀ ਪੂਰਨ ਦਾ ਚੱਲਾ ਪਰਿਵਾਰ ਹੈ। ਰਾਜੂ ਵੀ ਹਰੀਪੁਰੀ ਸ਼ਾਕੋਟੀ ਸਾਹਿਬ ਜੀ ਦਾ ਇੰਨਾ ਅੱਛਾ ਮੁਕਾ ਕੀਤਾ ਤੂੰ ਬਾਬਾ ਮਰਾਸ਼ਾ, ਤੈਨੂੰ ਹੋਰ ਤਰੱਕੀਆਂ ਦੇਵੇ, ਬਹੁਤ ਪਿਟੇ ਮੂੰਹ ਤੇਰਾ, ਕਿਆ ਬਾਤ। ਸਾਡੀ ਫੈਮਿਲੀ ਆ ਜੀ, ਨਾਲੇ ਅਸੀਂ ਥੋੜ੍ਹਾ ਥੋੜ੍ਹਾ ਗੁਣਗਾਨ ਕਰਦੇ ਰਹਿੰਦੇ ਹਾਂ, ਨਾਲੇ ਮਰਾਸੀ ਪੁਣਾ ਕਰਦੇ ਰਹਿੰਦੇ ਵਿੱਚ ਵਿੱਚ ਥੋੜ੍ਹਾ ਥੋੜ੍ਹਾ, ਉਹ ਵੀ ਜ਼ਰੂਰੀ ਹੈ, ਉਹ ਨਹੀਂ ਭੁੱਲਣਾ ਚਾਹੀਦਾ। ਜੈ ਸ਼੍ਰੀ ਰਾਧੇ। ਧਾਰਮਿਕ ਵੀਡੀਓਜ਼ ਕਾ ਆਨੰਦ ਲੈਣੇ ਕੇ ਲੀਏ ਯੂਟਿਊਬ ਪਰ ਹਮਾਰਾ ਚੈਨਲ ਭਕਤੀ ਰਸ ਹੁਸ਼ਿਆਰਪੁਰ ਸਬਸਕ੍ਰਾਈਬ ਕਰੇ। ਧੰਨਵਾਦ।